ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣੀ ਅੱਜ ਹੁਸ਼ਿਆਰਪੁਰ ਦੇ ਵਿੱਚ ਆਉਣਗੇ ਅਤੇ 7 ਡਿਜੀਟਲ ਤਰੀਕੇ ਦੇ ਨਾਲ ਪ੍ਰੋਜੈਕਟਾਂ ਦਾ ਜਿਹੜਾ ਹੈ ਉਦਘਾਟਨ ਕਰਨਗੇ। ਪਰ ਗੇਟ ਦੇ ਐਂਟਰੀ ਹੁੰਦਿਆਂ ਹੀ ਇੱਕ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਜਿਹੜੀਆਂ ਸਾਰੀਆਂ ਕਾਲੀਆਂ ਕੋਟੀਆਂ ਜਾਂ ਸਵੈਟਰ ਤੁਸੀਂ ਦੇਖ ਰਹੇ ਹੋ, ਇਹ ਇਸ ਲਈ ਲਵਾ ਕੇ ਅੰਦਰ ਬੀਬੀਆਂ ਨੂੰ ਭੇਜਿਆ ਜਾ ਰਿਹਾ ਕਿਉਂਕਿ ਅੰਦਰ ਜਾ ਕੇ ਕਿਤੇ ਇਹ ਕਾਲੇ ਜਿਹੜੇ ਸਵੈਟਰ ਹੈਗੇ ਆ ਉਹਨਾਂ ਨੂੰ ਉੱਥੇ ਲਹਿਰਾਉਣ ਨਾ, ਕਿਉਂਕਿ ਜਦ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਇਹ ਕਹਿਣਾ ਕਿ ਇਹਨਾਂ ਦੇ ਵਿੱਚ ਬਹੁਤੇ ਜਿਹੜੇ ਟੀਚਰ ਹੈਗੇ ਆ ਤੇ ਫਿਰ ਇਸ ਰੈਲੀ ਦੇ ਵਿੱਚ ਉਹ ਕਾਲੀਆਂ ਝੰਡੀਆਂ ਜਿਸ ਤਰ੍ਹਾਂ ਵਿਖਾ ਕੇ ਵਿਰੋਧ ਕਰ ਸਕਦੇ ਹੁੰਦੇ ਆ। ਪਰ ਇੱਥੇ ਕੁਝ ਲੇਡੀਜ਼ ਹੈਗੇ ਨੇ ਸਾਡੇ ਨਾਲ, ਉਹਨਾਂ ਦਾ ਇਤਰਾਜ਼ ਹੈ ਕਿ ਅਸੀਂ ਕਾਲੀ ਕੋਟੀ ਨਹੀਂ ਲਾਵਾਂਗੇ। ਮੈਮ ਕੀ ਕਹਿੰਦੇ ਨੇ ਤੁਹਾਨੂੰ ਅੰਦਰ ਜਾਣ ਤੋਂ ਕਿਉਂ ਰੋਕਿਆ? ਕਹਿੰਦੇ ਕਿ ਬਲੈਕ ਕੱਪੜਾ ਨਹੀਂ ਅੰਦਰ ਪਾ ਕੇ ਜਾਣਾ। ਦੱਸਿਆ ਕਾਰਨ ਕਿਉਂ? ਪਹਿਲਾਂ ਨਹੀਂ ਦੱਸਿਆ ਸੀ, ਹੁਣ ਵੀ ਨਹੀਂ ਦੱਸਿਆ ਹੈਗਾ ਤੇ ਹੁਣ ਤਾਂ ਉੱਤੇ ਦੁਪੱਟਾ ਸ਼ਾਲ ਲਿਆ, ਇਹ ਤੋਂ ਬਿਨਾਂ ਥੋੜੀ ਅੰਦਰ ਜਾ ਸਕਦੇ ਆ ਨਾ। ਤੁਸੀਂ ਕਿਹਨਾਂ ਦੇ ਕਹਿਣ ਤੇ ਆਏ ਹੋ? ਸਾਨੂੰ ਸਰਪੰਚ ਸਾਹਿਬ ਸਾਡੇ ਏਰੀਏ ਦੇ ਨੇ। ਅੱਛਾ ਮੈਮ, ਤੁਹਾਨੂੰ ਵੀ ਇਹੀ ਕਿਹਾ? ਹਾਂਜੀ ਸਰ, ਇਹੀ ਕਿਹਾ ਹੋਇਆ ਹੈ। ਪਹਿਲਾਂ ਨਹੀਂ ਸਾਨੂੰ ਪਤਾ ਸੀਗਾ ਵੀ ਬਲੈਕ ਵੋਟੀ ਨਹੀਂ ਪਾਣੀ, ਅਸੀਂ ਨਹੀਂ ਪਾ ਕੇ ਆਉਂਦੇ, ਹੈ ਨਾ। ਸਾਨੂੰ ਪਤਾ ਹੋਣਾ ਚਾਹੀਦਾ ਸੀਗਾ, ਪਹਿਲਾਂ ਦੱਸਣਾ ਚਾਹੀਦਾ ਸੀਗਾ। ਅੱਛਾ, ਜਦੋਂ ਮੈਂ ਪੁਲਿਸ ਵਾਲੇ ਨਾਲ ਇੱਥੇ ਗੱਲ ਕੀਤੀ ਉਹ ਕਹਿੰਦੇ ਵੀ ਅੰਦਰ ਜਾ ਕੇ ਕਾਲੇ ਝੰਡੇ ਲਹਿਰਾਉਣਗੇ ਜਾਂ ਫਿਰ ਵਿਰੋਧ ਕਰਨਗੇ ਤਾਂ ਕਰਕੇ ਨਹੀਂ ਅੰਦਰ ਜਾਣ ਦਿੰਦਾ ਜਾ ਰਿਹਾ। ਅਸੀਂ ਆਉਣਾ ਹੀ ਕਿਉਂ ਸੀ ਜੇ ਇਦਾਂ ਦੀ ਗੱਲ ਹੁੰਦੀ ਤਾਂ? ਅਸੀਂ ਇਸ ਕਰਕੇ ਥੋੜ੍ਹੀ ਆਏ ਅਸੀਂ ਕਾਲੇ ਝੰਡੇ ਲਹਿਰਾਵਾਂਗੇ। ਸੋ ਇਹ ਤਸਵੀਰ ਜਿਹੜੀ ਆ ਕੈਪਟਨ ਦੀ ਰੈਲੀ ਦੀ, ਇਹ ਗੇਟ ਦੇ ਉੱਪਰ ਐਂਟਰੀ ਹੁੰਦਿਆਂ ਦੀ ਤਸਵੀਰ ਆ ਕਿ ਲੇਡੀਜ਼ ਜਿਹੜੇ ਕਾਂਸਟੇਬਲ ਹੈਗੇ ਆ ਜਾਂ ਜਿਹੜੇ ਅਧਿਕਾਰੀ ਹੈਗੇ ਪੁਲਿਸ ਅਧਿਕਾਰੀ ਉਹਨਾਂ ਦੇ ਵੱਲੋਂ ਕਾਲੀਆਂ ਕੋਟੀਆਂ ਕਾਲੇ ਸ਼ਾਲ ਜਾਂ ਸਟਾਲ ਜਿਹੜੇ ਆ ਬਾਹਰ ਲਹਾ ਕੇ ਰੱਖੇ ਹੋਏ ਆ। ਹੁਣ ਸਰਕਾਰ ਦੇ ਉੱਪਰ ਇਹ ਵੀ ਇੱਕ ਸਵਾਲੀਆ ਨਿਸ਼ਾਨ ਖੜਾ ਹੁੰਦਾ ਕਿ ਕਿਉਂ ਅਜਿਹਾ ਕਰਨਾ ਪੈਂਦਾ ਆ, ਕੋਟੀਆਂ ਹੁਣ ਪਾਉਣੀਆਂ ਇਹਨਾਂ ਦੇ ਵਿੱਚੋਂ ਜਿਹੜਾ ਰੈਲੀ ਦੇ ਵਿੱਚ ਆਇਆ ਆ ਉਹ ਇਕੱਲਾ ਵਿਰੋਧ ਕਰਨ ਨਹੀਂ ਆਉਂਦਾ, ਉਹ ਰੈਲੀ ਦੇ ਉੱਪਰ ਆਉਂਦਾ। ਕਾਲਾ ਰੰਗ ਇੱਕ ਆਮ ਰੰਗ ਆ ਜਿਹੜਾ ਕਿ ਕੋਈ ਵੀ ਪਾ ਸਕਦਾ, ਪਰ ਇੱਥੇ ਇਹ ਤਸਵੀਰ ਜਿਹੜੀ ਆ ਦੇਖਣ ਨੂੰ ਮਿਲ ਰਹੀ ਹੈ ਕਿ ਵਿਰੋਧ ਦੇ ਡਰ ਤੋਂ ਇੱਥੇ ਕਾਲੀਆਂ ਕੋਟੀਆਂ ਕਾਲੇ ਸ਼ਾਲ ਕਾਲੇ ਸਟਾਲ ਜਿਹੜੇ ਆ ਲਵਾ ਕੇ ਬਾਹਰ ਰੱਖੇ ਜਾ ਰਹੇ ਆ। ਕੈਮਰਾਮੈਨ ਪਵਨ ਕਨੌਜੀਆ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ ਟੀਵੀ, ਹੁਸ਼ਿਆਰਪੁਰ।